ਜਿਵੇਂ ਕਿ ਅੰਮ੍ਰਿਤਪਾਲ ਨੇ ਐਲਾਨ ਕੀਤਾ ਕਿ ਗੁਰਦੁਆਰਿਆਂ ਦੇ ਵਿੱਚ ਕੁਰਸੀਆਂ ਮੇਜ਼ ਜਿਨ੍ਹਾਂ ਦੇ ਉੱਤੇ ਸੰਗਤ ਆ ਕੇ ਬੈਠਦੀ ਆ ਗੁਰੂ ਦੇ ਬਰਾਬਰ ਹੋ ਕੇ ਉਹ ਕੋਈ ਵੀ ਰਹਿਣ ਨਹੀਂ ਦਿੱਤੀ ਜਾਊਗੀ। ਇਸੇ ਦੌਰਾਨ ਹੁਣ ਜੋ ਕੀਰਤਨ ਕਰਦੇ ਨੇ ਕਿਸੇ ਉੱਚੀ ਜਗ੍ਹਾ 'ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਜੋ ਬਰਾਬਰੀ ਕਰਦੇ ਨੇ ਉਹਨਾਂ ਨੂੰ ਵੀ ਹੁਣ ਕੀਰਤਨ ਕਰਨ ਤੋਂ ਰੋਕਿਆ ਆ ਅੰਮ੍ਰਿਤਪਾਲ ਨੇ। ਸੁਣੋ ਇਸ ਵੀਡੀਓ ਦੇ ਵਿੱਚ। ਸਤਿਕਾਰ ਬਹਾਲ ਕਰਾਉਂਦਿਆਂ ਜੇ ਸਾਡੇ ਸਿਰ ਲੱਥ ਗਏ ਤਾਂ ਵੀ ਮਨਜ਼ੂਰ ਹੈ, ਜੇ ਕਿਸੇ ਦੇ ਲਾਉਣੇ ਪੈ ਗਏ ਤਾਂ ਵੀ ਮਨਜ਼ੂਰ ਹੈ। ਉਹਨਾਂ ਗੁਰੂ ਘਰਾਂ ਦੇ ਵਿੱਚ ਕਥਾ ਕੀਰਤਨ ਕਰਕੇ ਡਾਲਰ ਇਕੱਠੇ ਕਰਨ ਦਾ ਤੁਹਾਡਾ ਠੇਕਾ ਹੈ ਜਿੱਥੇ ਕੁਰਸੀਆਂ ਲੱਗੀਆਂ ਨੇ, ਤੇ ਇੰਨੀ ਕਹਿਣ ਦੀ ਯੁੱਧ ਨੀ ਵੀ ਭਾਈ ਅਸੀਂ ਇੱਥੇ ਕਥਾ ਨੀ ਕਰਨੀ, ਅਸੀਂ ਪਾਪਾਂ ਦੇ ਭਾਗੀਦਾਰ ਨੀ ਬਣ ਸਕਦੇ। ਕਈਆਂ ਨੇ ਫੋਟੋਆਂ ਪਾਈਆਂ ਨੇ ਵੀ ਆ ਜਿਹੜੇ ਸਾਧ ਗੱਦੀਆਂ ਲਾ ਕੇ ਬੈਠਦੇ ਨੇ ਗੁਰੂ ਦੀ ਹਜ਼ੂਰੀ 'ਚ, ਇਹਨਾਂ ਦੀਆਂ ਗੱਦੀਆਂ ਕਦੋਂ ਤੋੜਨੀਆਂ ਨੇ? ਤੇ ਮੈਂ ਇਹ ਗੱਲ ਪੁੱਛ ਰਿਹਾ ਵੀ ਜਿੱਦਣ ਸਾਡੇ ਸਾਹਮਣੇ ਬਹਿ ਗਿਆ ਕੋਈ, ਗੱਦੀਆਂ ਨੀ ਤੋੜਦੇ ਲੱਤਾਂ ਵੀ ਤੋੜਾਂਗੇ ਨਾਲ। ਤੁਸੀਂ ਤਾਲੀਬਾਨੀ ਬਣ ਗਏ ਜੋ, ਹੁਣ ਤੁਸੀਂ ਦੱਸੋ ਤਾਲੀਬਾਨੀਆਂ ਦੇ ਰਾਜ ਲੈ ਲਿਆ ਆਪਣਾ, ਤਾਲੀਬਾਨੀ ਤਾਲੀਬਾਨੀ ਬਣ ਕੇ ਅਮਰੀਕਾ ਖਿਲਾਫ ਲੜੇ ਨੇ, ਜਿੱਤ ਗਏ, ਅਮਰੀਕਾ ਨੂੰ ਅਫਗਾਨਿਸਤਾਨ ਚੋਂ ਕੱਢ ਦਿੱਤਾ, ਰਾਜ ਭਾਗ ਦੇ ਮਾਲਕ ਬਣ ਗਏ, ਉਹਨਾਂ ਅੱਗੇ ਕਹਿੰਦੇ ਤੁਸੀਂ ਨਾ ਬਣਾਓ, ਤੇ ਕਿਹਨਾਂ ਅੱਗੇ ਬਣੀਏ?